ਦੋਸਤੋ, ਮੇਰੀ ਚੋਣਵੀਆਂ ਗਜ਼ਲਾਂ ਦੀ ਕਿਤਾਬ ਇਤਫਾਕ ਛਾਪੀ ਸਨੀ ਪੱਖੋ ਕੇ ਹੋਰਾਂ ਨੇ, ਮੀਤ ਨਾਲ ਸੀ, ਔਰ ਦੋਵਾਂ ਨੇ ਉਸਦਾ ਦੂਸਰਾ ਸੰਸਕਰਨ ਜਦੋਂ ਛਾਪਿਆ ਤਾਂ ਉਸ ਨੂੰ ਮੈਂ ਸੁਰਜੀਤ ਪਾਤਰ ਜੀ ਨੂੰ ਇਹ ਸਮਰਪਿਤ ਕੀਤਾ, ਔਰ ਉਸ ਸਮਰਪਣ ਦੇ ਨਾਲ ਜਿਹੜੀ ਗਜ਼ਲ ਹੈ ਕਿ ਉਹਨਾਂ ਦੇ ਜਾਣ ਮਗਰੋਂ ਮੈਂ ਲਿਖੀ ਸੀ, ਉਹ ਤੁਹਾਨੂੰ ਸਾਂਝੀ ਕਰਨੀ ਚਾਹੁੰਦਾ। ਕਿ ਚੜ੍ਹਦੇ ਸੂਰਜ ਦੇ ਵਿੱਚ ਲੁਕਿਆ ਕਿੱਧਰ ਸ਼ਬਦ ਸਵਾਰ ਤੁਰ ਗਿਆ, ਹੁਣ ਨਹੀਂ ਕਦੇ ਕੁਵੇਲਾ ਕਰਦਾ ਕਰਕੇ ਕੌਲ ਕਰਾਰ ਤੁਰ ਗਿਆ। ਇਸ ਤਰ੍ਹਾਂ ਤਾਂ ਹੌਕਾ ਵੀ ਨਾ ਹਿੱਕੜੀ ਵਿੱਚੋਂ ਰੁਖਸਤ ਹੁੰਦਾ, ਇਸ ਤਰ੍ਹਾਂ ਤਾਂ ਹੌਕਾ ਵੀ ਨਾ ਹਿੱਕੜੀ ਵਿੱਚੋਂ ਰੁਖਸਤ ਹੁੰਦਾ, ਕੋਲ ਪਿਆਂ ਨੂੰ ਮਾਰ ਚਕਾਨੀ ਚੁੱਪ ਦੀ ਬੁੱਕਲ ਮਾਰ ਤੁਰ ਗਿਆ। ਅਚਨਚੇਤ ਕਿਸ ਮਾਰਗ ਤੁਰਿਆ, ਪਿੱਛੇ ਛੱਡ ਕੇ ਗੰਧ ਕਸਤੂਰੀ, ਲੱਭਦੇ ਫਿਰੀਏ ਪੌਣਾ ਵਿੱਚੋਂ ਸਭ ਨੂੰ ਜਿਉਂਦੇ ਮਾਰ ਤੁਰ ਗਿਆ। ਅਜੇ ਤਾਂ ਉਸਨੇ ਦੱਸਣਾ ਸੀ ਕਿ ਸਾਥੋਂ ਧਰਤੀ ਕੀ ਚਾਹੁੰਦੀ ਹੈ। ਸੁਰ ਸ਼ਬਦਾਂ ਦਾ ਵਹਿੰਦਾ ਚਸ਼ਮਾ ਸਰਦ ਖਾਮੋਸ਼ੀ ਧਾਰ ਤੁਰ ਗਿਆ। ਲਿਖ ਤੋਂ ਪਾਤਰ, ਪੜ੍ਹ ਤੋਂ ਦੁਨੀਆਂ, ਸਗਲ ਸ੍ਰਿਸ਼ਟੀ ਮਾਰ ਕਲਾਵੇ, ਕਣ ਕਣ ਵਿੱਚੋਂ ਲੱਭਦੇ ਫਿਰੀਏ ਕਿੱਧਰ ਪੌਣ ਸਵਾਰ ਤੁਰ ਗਿਆ। ਬੰਸਰੀਆਂ ਦੇ ਛੇਕਾਂ ਅੰਦਰੋਂ ਹੋ ਕਿਸੇ ਦਰਦੀਲੀ ਪੁੱਛਿਆ, ਹੋਠ ਸੁਹਾਇਆਂ ਤੋਂ ਬਿਨ ਸਾਡਾ ਕਿੱਧਰ ਕ੍ਰਿਸ਼ਨ ਮਨਾਰ ਤੁਰ ਗਿਆ। ਕੋਰੇ ਵਰਕ ਉਡੀਕ ਰਹੇ ਨੇ ਰੰਗਲੀ ਡਾਇਰੀ ਅਥਰੂ ਅਥਰੂ, ਕਲਮ ਦਵਾਤ ਸਮੇਟ ਪਿਆਰਾ ਕਿੱਧਰ ਸਿਰਜਣਹਾਰ ਤੁਰ ਗਿਆ। ਚੜ੍ਹਦੇ ਸੂਰਜ ਦੇ ਵਿੱਚ ਲੁਕਿਆ ਕਿੱਧਰ ਸ਼ਬਦ ਸਵਾਰ ਤੁਰ ਗਿਆ, ਹੁਣ ਨਹੀਂ ਕਦੇ ਕੁਵੇਲਾ ਕਰਦਾ ਕਰਕੇ ਕੌਲ ਕਰਾਰ ਤੁਰ ਗਿਆ। ਧੰਨਵਾਦ, ਤੁਹਾਡਾ ਆਪਣਾ ਗੁਰਭਜਨ ਗਿੱਲ।